ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਸੁਨੀਲ ਕੁਮਾਰ ਹਿਮਾਚਲੀ ਗੱਲ ਕਰਾਂਗਾ ਪੰਜਾਬ ਦੀ ਸਿਆਸਤ ਦੀ ਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲੇ ਡੱਲੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਤੁਸੀਂ ਮੌਕਾ ਦਿੱਤਾ ਡੱਲੇ ਚੋਣਾਂ ਹੋ ਗਈਆਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਜਿਹੜੀ ਸੰਭਾਵਨਾ ਜਤਾਏ ਜਾ ਰਹੀ ਸੀ ਕਿ ਮੰਤਰੀ ਮੰਡਲ 'ਚ ਫੇਰ ਬਦਲ ਹੋਏਗਾ ਹੁਣ ਚੋਣਾਂ ਤੋਂ ਬਾਅਦ ਕੀ ਕੁਝ ਨਜ਼ਰ ਆਉਂਦਾ ਕਿਵੇਂ ਮੰਤਰੀ ਬੜਲ ਮੰਡਲ 'ਚ ਕਿਹਨੂੰ ਕਿਹਨੂੰ ਜਗ੍ਹਾ ਮਿਲ ਸਕਦੀ ਹੈ ਕੀ ਕੁਝ ਬਦਲਾਅ ਨਜ਼ਰ ਆਉਂਦੇ ਨੇ ਤੁਹਾਨੂੰ ਦੇਖੋ ਪੰਜਾਬ ਦੇ ਮੰਤਰੀ ਮੰਡਲ 'ਚ ਫੇਰ ਬਦਲ ਹੋ ਸਕਦਾ ਹੈ ਇਸ ਫੇਰ ਬਦਲ ਦੇ ਵਿੱਚ ਇਹ ਨਹੀਂ ਹੋਣਾ ਕਿ ਬਹੁਤ ਸਾਰੇ ਮੰਤਰੀਆਂ ਨੂੰ ਕਿਤੇ ਇੱਧਰ ਉੱਧਰ ਕੀਤਾ ਜਾਊਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਸੀਟ ਹਲੇ ਖਾਲੀ ਪਈ ਹੈ ਜੀ ਜੀ 18ਵੇਂ ਮੰਤਰੀ ਦੀ ਸੋ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਬਹੁਤ ਨਜ਼ਦੀਕੀ ਸਾਥੀ ਨੂੰ ਕੈਬਨਿਟ ਦੇ ਵਿੱਚ ਮੰਤਰੀ ਮੰਡਲ ਦੇ ਸਾਥੀ ਦੇ ਤੌਰ ਤੇ ਸ਼ਾਮਿਲ ਕਰਨਗੇ ਮੈਂ ਦੱਸਦਾ ਕਿ ਉਹ ਕਿਹੜਾ ਨਾਮ ਹੋਊਗਾ ਜਿਹੜਾ ਪੰਜਾਬ ਦੇ ਮੰਤਰੀ ਮੰਡਲ ਚ ਆ ਸਕਦਾ ਹੈ ਨੰਬਰ 1 ਤੇ ਇਸ ਵਕਤ ਚੱਲ ਰਿਹਾ ਪਰ ਮੈਂ ਉਸ ਤੋਂ ਪਹਿਲਾਂ ਹੀ ਦੱਸਦਾ ਕੈਪਟਨ ਅਮਰਿੰਦਰ ਦੀ ਕੋਸ਼ਿਸ਼ ਇਹ ਸੀ ਕਿ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇ ਔਰ ਮੈਨੂੰ ਲੱਗਦਾ ਹੈ ਕਿ ਕੈਪਟਨ ਸੰਦੀਪ ਸਿੰਘ ਸੰਧੂ ਜਿਹੜੇ ਹਾਰ ਗਏ ਨੇ ਹਲਕਾ ਦਾਖਾ ਤੋਂ ਉਹ ਵੀ ਇੱਕ ਅਜਿਹੇ ਚਿਹਰੇ ਸੀ ਜਿਹੜੇ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਆ ਸਕਦੇ ਸੀ ਕੈਪਟਨ ਅਮਰਿੰਦਰ ਦੇ ਸਿਆਸੀ ਸਕੱਤਰ ਸੀ ਕਾਫੀ ਨੇੜੇ ਕੈਪਟਨ ਅਮਰਿੰਦਰ ਦੇ ਉਹਨਾਂ ਨੂੰ ਸਮਝਿਆ ਜਾਂਦਾ ਪਰ ਕਿਉਂਕਿ ਉਹ ਚੋਣ ਨਹੀਂ ਜਿੱਤੇ ਉਹ ਦਾਖੇ ਤੋਂ ਚੋਣ ਹਾਰ ਗਏ ਤੇ ਹੁਣ ਇੱਕ ਵਾਰੀ ਫੇਰ ਕੈਪਟਨ ਅਮਰਿੰਦਰ ਦੇ ਲਈ ਮੰਤਰੀ ਮੰਡਲ ਦੇ ਵਿੱਚ 18ਵਾਂ ਮੰਤਰੀ ਜਿਹੜਾ ਬਣਾਉਣਾ ਹੈ ਉਹਨੂੰ ਲੈ ਕੇ ਸਰਗਰਮੀਆਂ ਜਿਹੜੀ ਉਹਨਾਂ ਦੇ ਜ਼ਿਹਨ 'ਚ ਵੀ ਚੱਲ ਰਹੀ ਹੋਣੀ ਹੈ। ਔਰ ਕੈਪਟਨ ਅਮਰਿੰਦਰ ਇਹ ਵੀ ਇੰਤਜ਼ਾਰ ਕਰ ਰਹੇ ਸੀ ਸੁਨੀਲ ਜੀ ਕਿ ਮਹਾਰਾਸ਼ਟਰ ਦੀਆਂ ਚੋਣਾਂ 'ਚ ਹਰਿਆਣਾ ਦੀਆਂ ਚੋਣਾਂ 'ਚ ਕਾਂਗਰਸ ਦੀ ਪਰਫਾਰਮੈਂਸ ਕਿੱਦਾਂ ਦੀ ਰਹਿੰਦੀ ਹੈ? ਕਾਂਗਰਸ ਦਾ ਪ੍ਰਦਰਸ਼ਨ ਕਿੱਦਾਂ ਦਾ ਰਹਿੰਦਾ ਹੈ? ਕਿਉਂਕਿ ਕੈਪਟਨ ਅਮਰਿੰਦਰ ਨੇ ਜਿਹੜੀਆਂ ਇਹ ਚਾਰੇ ਸੀਟਾਂ ਸੀ ਇਹ ਆਪਣੀ ਮਰਜ਼ੀ ਦੇ ਨਾਲ ਦਿੱਤੀਆਂ ਸੀ। ਕੈਪਟਨ ਅਮਰਿੰਦਰ ਨੇ ਜਿਹੜੇ ਨਾਮ ਹਾਈ ਕਮਾਂਡ ਨੂੰ ਭੇਜੇ ਹਾਈ ਕਮਾਂਡ ਵੱਲੋਂ ਉਹਨਾਂ ਨਾਵਾਂ ਦਾ ਪ੍ਰਸਤਾਵਨਾ ਕਰ ਦਿੱਤਾ ਗਿਆ ਉਹਨਾਂ ਨਾਵਾਂ ਨੂੰ ਹਾਈ ਕਮਾਂਡ ਨੇ ਮੋਹਰ ਲਾ ਦਿੱਤੀ ਗਈ ਪ੍ਰਸਤਾਵਨਾ ਤੇ ਸੋ ਹਾਈ ਕਮਾਂਡ ਨੇ ਕੈਪਟਨ ਨੇ ਜੋ ਕੀਤਾ ਉਹ ਕੀਤਾ ਸੋ ਕੈਪਟਨ ਇਸ ਗੱਲ ਦੇ ਇੰਤਜ਼ਾਰ ਸੀ ਕਿ ਮੈਂ ਚਾਰੇ ਦੀਆਂ ਚਾਰੇ ਸੀਟਾਂ ਜਿੱਤਾਂ ਪਰ ਇੱਕ ਸੀਟ ਕੈਪਟਨ ਅਮਰਿੰਦਰ ਜਿੱਤ ਨਹੀਂ ਸਕਿਆ ਕਿਉਂਕਿ ਮਨਪੀਤਿਆਲੀ ਉਥੇ ਕਾਮਯਾਬੀ ਲੈ ਗਿਆ ਹਲਕੇ ਦਾਖੇ ਚ ਕਿਉਂਕਿ ਪੰਜਾਬ ਚ ਵਿਰੋਧੀ ਤਰ੍ਹਾਂ ਬੁਰੀ ਤਰ੍ਹਾਂ ਵੰਡੀਆਂ ਹੋਈਆਂ ਸੀ ਆਮ ਆਦਮੀ ਪਾਰਟੀ ਟੁੱਟੀ ਫੁੱਟੀ ਪਈ ਹੈ ਲੋਕ ਇਨਸਾਫ ਪਾਰਟੀ ਖਿੰਡ ਗਈ ਆਮ ਆਦਮੀ ਪਾਰਟੀ ਤੋਂ ਪੀਡੀਏ ਬਣਾਇਆ ਪੀਡੀਏ ਖਿੰਡ ਗਿਆ ਲੋਕ ਸਭਾ ਚੋਣਾਂ ਚ ਪਹਿਲਾਂ ਤਾਂ ਪੀਡੀਏ ਸਧਾਰਨ ਪ੍ਰਦਰਸ਼ਨ ਕਰਕੇ ਗਿਆ ਉਸ ਤੋਂ ਬਾਅਦ ਹੁਣ ਪੀਡੀਏ ਖਿੰਡ ਗਿਆ ਬਸ਼ਪਾ ਵੱਖਰੀ ਹੋ ਗਈ ਲੋਕਨ ਸਾਫ ਪਾਰਟੀ ਵੱਖਰੀ ਹੋ ਗਈ ਸੋ ਜਈਆਂ ਸਥਿਤੀਆਂ ਦੇ ਵਿੱਚ ਕੈਪਟਨ ਅਮਰਿੰਦਰ ਦੇ ਲਈ ਇਹ ਚਾਰ ਜਿਮਨੀ ਚੋਣਾਂ ਦਾ ਟਾਰਗੇਟ ਸੀ ਜਿਦੇ ਵਿੱਚੋਂ ਕੈਪਟਨ ਅਮਰਿੰਦਰ ਸਿਰਫ ਤਿੰਨ ਜਿੱਤ ਸਕੇ ਨੇ ਸੋ ਇਹਨਾਂ ਤਿੰਨ ਜਿਮਨੀ ਚੋਣਾਂ ਜਿੱਤਣ ਤੋਂ ਬਾਅਦ ਹੁਣ ਦੀਵਾਲੀ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਨੇ ਮੰਤਰੀ ਮੰਡਲ ਦੇ ਵਿੱਚ ਕਰਨਾ ਹੈ ਬਦਲਾ ਜੀ ਜੀ ਬਦਲਾਅ ਤੋਂ ਭਾਵ ਇਹ ਹੈ ਕਿ ਸਿਰਫ ਇੱਕੋ ਮੰਤਰੀ ਕੈਪਟਨ ਅਮਰਿੰਦਰ ਜੋੜਨਗੇ ਹਾਲੇ ਕਿਸੇ ਮੌਜੂਦਾ ਮੰਤਰੀ ਦਾ ਕਦ ਨਾ ਤਾਂ ਵਧਾਇਆ ਜਾਏਗਾ ਨਾ ਘਟਾਇਆ ਜਾਏਗਾ ਔਰ ਨਾ ਹੀ ਮੈਨੂੰ ਲੱਗਦਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਮੰਤਰੀਆਂ ਦੇ ਜਿਹੜੇ ਅਹੁਦੇ ਨੇ ਉਹਨਾਂ ਨੂੰ ਇਧਰ ਉਧਰ ਕੀਤਾ ਜਾਏਗਾ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਇੱਕ ਵਾਰੀ ਫੇਰ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਚ ਸ਼ਾਮਲ ਕਰ ਸਕਦੇ ਨੇ ਜੀ ਔਰ ਬਿਜਲੀ ਦਾ ਮਹਿਕਮਾ ਨਵਜੋਤ ਸਿੰਘ ਸਿੱਧੂ ਨੂੰ ਗਿਆ ਗਿਆ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਉਸ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਅਸਤੀਫਾ ਭੇਜ ਚੁੱਕਿਆ ਸੀ ਉਹਨਾਂ ਨੇ ਆਪਣੇ ਬਿਜਲੀ ਮੰਤਰੀ ਦੇ ਤੌਰ ਤੇ ਆਪਣਾ ਅਹੁਦਾ ਨਹੀਂ ਹਾਸਲ ਕੀਤਾ ਜਿਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਰਾਣਾ ਗੁਰਜੀਤ ਨੂੰ ਇਹ ਅਹੁਦਾ ਦੇ ਦੇਣਗੇ ਰਾਣਾ ਗੁਰਜੀਤ ਪਹਿਲਾਂ ਵੀ ਸਾਥੀ ਰਹੇ ਨੇ ਕੈਪਟਨ ਅਮਰਿੰਦਰ ਦੇ ਦੋਸਤ ਵੀ ਨੇ ਔਰ ਬਹੁਤ ਦਬਾਅ ਵੀ ਸੀ ਕੈਪਟਨ ਅਮਰਿੰਦਰ ਤੇ ਜਦੋਂ ਰਾਣਾ ਗੁਰਜੀਤ ਦਾ ਅਸਤੀਫਾ ਲਿਆ ਗਿਆ ਕਿਉਂਕਿ ਵਿਰੋਧੀ ਧਿਰਾਂ ਲਗਾਤਾਰ ਦਬਾਅ ਪਾ ਰਹੀਆਂ ਸੀ ਜਿਸ ਤੋਂ ਬਾਅਦ ਰਾਣਾ ਗੁਰਜੀਤ ਦਾ ਅਸਤੀਫਾ ਲਿਆ ਗਿਆ ਰੇਤ ਦੀ ਮਾਈਨਿੰਗ ਦਾ ਜਿਹੜਾ ਮਾਮਲਾ ਉੱਛਲਿਆ ਸੀ ਉਸ ਮਾਮਲੇ 'ਚ ਇੱਕ ਮੈਮਰੀ ਕਮਿਸ਼ਨ ਬਣਾਇਆ ਗਿਆ ਸੀ ਉਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕਾਫੀ ਪੰਜਾਬ 'ਚ ਸਿਆਸਤ ਵੀ ਹੋਈ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਔਰ ਰਾਣਾ ਗੁਰਜੀਤ ਸਿੰਘ ਕਰੀਬੀ ਨੇ ਸੋ ਚੁੱਪਚੀਤੇ ਜਿਹੜਾ ਇਹ ਅਸਤੀਫਾ ਦਵਾਇਆ ਸੀ ਹਾਲਾਂਕਿ ਇਸ ਅਸਤੀਫੇ ਦਾ ਰੌਲਾ ਬਹੁਤ ਪਿਆ ਸੀ ਇਹ ਕਿਹਾ ਜਾ ਰਿਹਾ ਸੀ ਕਿ ਰਾਣਾ ਗੁਰਜੀਤ ਨੇ ਆਪ ਅਸਤੀਫਾ ਦਿੱਤਾ ਤਾਂਕਿ ਸਰਕਾਰ ਨਾ ਕਰੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਦੇਖਿਆ ਕਿ ਸਾਰੀਆਂ ਪੋਲੀਟੀਕਲ ਧਿਰਾਂ ਸ਼ਾਂਤ ਹੋ ਗਈਆਂ ਪੰਜਾਬ 'ਚ ਵਿਰੋਧੀ ਖਿੰਡ ਗਏ ਪੀਡੀਏ ਲਗਭਗ ਟੁੱਟ ਗਿਆ ਲੋਕਨ ਸਾਫ ਪਾਰਟੀ ਵੀ ਹਾਰ ਗਈ ਬਸਪਾ ਵੀ ਹਾਰ ਗਈ ਅਕਾਲੀ ਦਲ ਵੀ ਬਹੁਤੀਆਂ ਸੀਟਾਂ ਹਾਰ ਗਈਆਂ ਔਰ ਸੁਖਪਾਲ ਖਹਿਰਾ ਨੇ ਜਿਹੜੇ ਉਹਨਾਂ ਨੇ ਵੀ ਅਸਤੀਫਾ ਆਪਣਾ ਵਾਪਸ ਲੈ ਲਿਆ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਸੋ ਸੁਖਪਾਲ ਖਹਿਰੇ ਦੇ ਅਸਤੀਫੇ ਵਾਪਸ ਲੈਣ ਤੋਂ ਬਾਅਦ ਮੇਰੇ ਜ਼ਿਹਨ ਚ ਇਹ ਸੰਕੇਤ ਪੈਦਾ ਹੋਏ ਇਹ ਬਿਜਲੀ ਮੇਰੇ ਦਿਮਾਗ ਚ ਕੰਬੀ ਮੋਰੇ ਸਾਹਿਬ ਸੁਨੀਲ ਜੀ ਵੀ ਕਿਤੇ ਨਾ ਕਿਤੇ ਰਾਣਾ ਗੁਰਜੀਤ ਨੂੰ ਵਾਪਸ ਮੰਤਰੀ ਮੰਡਲ ਦੇ ਵਿੱਚ ਕੈਪਟਨ ਅਮਰਿੰਦਰ ਲਿਆ ਸਕਦੇ ਨੇ ਸੋ ਹੁਣ ਆਪਾਂ ਵੇਖਦੇ ਆ ਕਿ ਦੀਵਾਲੀ ਆ ਹੁਣ ਵਿਸ਼ਕਰਮਾ ਦੇ ਤੇ ਇਸ ਤੋਂ ਬਾਅਦ ਇੱਕ ਦੋ ਦਿਨ ਆਪਾਂ ਜੇ ਹੋਰ ਕੱਢ ਲਈਏ ਵੀ ਕੈਪਟਨ ਅਮਰਿੰਦਰ ਕਦੋਂ ਰਾਣਾ ਗੁਰਜੀਤ ਨੂੰ ਵਿਧਿਵਤ ਰੂਪ ਦੇ ਵਿੱਚ ਆਪਣੇ ਮੰਤਰੀ ਮੰਡਲ ਦਾ ਸਾਥੀ ਬਣਾਉਂਦੇ ਨੇ ਇਸ ਦਿਨ ਦਾ ਇੰਤਜ਼ਾਰ ਹੈ ਰਾਣਾ ਗੁਰਜੀਤ ਦੇਖੋ ਬੜੇ ਕਾਬਲ ਵਿਧਾਇਕਾਂ ਦੇ ਵਿੱਚੋਂ ਕਾਂਗਰਸ ਦੇ ਮੰਨੇ ਜਾਂਦੇ ਨੇ ਔਰ ਵੱਡਾ ਕੱਦ ਹੈ ਉਹਨਾਂ ਦਾ ਮਾਝੇ ਦੇ ਵਿੱਚ ਦੁਆਬੇ ਦੇ ਵਿੱਚ ਦੁਆਬੇ ਨਾਲ ਤਾਂ ਉਹਨਾਂ ਦਾ ਸਬੰਧ ਹੀ ਹੈ ਗੁਰਦਾਸਪੁਰ ਦੇ ਵੀ ਉਹ ਮੈਂਬਰ ਪਾਰਲੀਮੈਂਟ ਪਹਿਲਾਂ ਉਸ ਪਾਸੇ ਉਹ ਰਹਿ ਚੁੱਕੇ ਨੇ ਸੋ ਰਾਣਾ ਗੁਰਜੀਤ ਔਰ ਜਿਹੜੇ ਨੇ ਕੈਪਟਨ ਅਮਰਿੰਦਰ ਇਹਨਾਂ ਦੀ ਦੋਸਤੀ ਸਾਰਿਆਂ ਨੂੰ ਪਤਾ ਹੈ ਸੋ ਹੁਸ਼ਿਆਰਪੁਰ ਕਪੂਰਥਲਾ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਦਮਦਬਾ ਹੈ ਰਾਣਾ ਗੁਰਜੀਤ ਹੋਣਾ ਅੱਛਾ ਜਿਹੜਾ ਖੈਰਾ ਸਾਹਿਬ ਨੇ ਰਾਣਾ ਗੁਰਜੀਤ ਨਾਲ ਤੁਸੀਂ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਮਿਲ ਸਕਦੀ ਆ ਖੈਰਾ ਸਾਹਿਬ ਕਰਕੇ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਜੋ ਉਸ ਟਾਈਮ ਦੇ ਬਿਆਨ ਆਏ ਉਸ ਕਰਕੇ ਰਾਣਾ ਗੁਰਜੀਤ ਨੂੰ ਕਿੱਥੇ ਨਾ ਕਿੱਥੇ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਜਾਂ ਇਦਾਂ ਕਹਿ ਲਿਆ ਕਿ ਖੈਰਾ ਸਾਹਿਬ ਨੇ ਏੜੀ ਚੋਟੀ ਦਾ ਜੋਹ ਲਗਾਤਾ ਸੀ ਜੋ ਜੋ ਖੁਲਾਸੇ ਉਹ ਕਰ ਰਹੇ ਸੀ ਤੇ ਹੁਣ ਖੈਰਾ ਸਾਹਿਬ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਵਾਪਸ ਤੋਂ ਆਪਣੇ ਹਲਕਾ ਬੁਲਤ ਤੋਂ ਵਿਧਾਇਕ ਨੇ ਤਾਂ ਕੀ ਉਹ ਫਿਰ ਰਾਣਾ ਗੁਰਜੀਤ ਲਈ ਕੋਈ ਨਵੀਂ ਮੁਸੀਬਤ ਖੜੀ ਕਰ ਸਕਦੇ ਨੇ ਕਿੱਥੇ ਕਰਕੇ ਖੈਰਾ ਸਾਹਿਬ ਦੀ ਤੁਸੀਂ ਪੋਜੀਸ਼ਨ ਦੇਖਦੀ ਇਹ ਤੁਸੀਂ ਬਹੁਤ ਅਹਿਮ ਸਵਾਲ ਕੀਤਾ ਔਰ ਪੰਜਾਬ ਦੀ ਸਿਆਸਤ 'ਚ ਇਹ ਸਵਾਲ ਗੂੰਜੇਗਾ ਜੀ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਦੀ ਵਾਪਸੀ ਕਰਾਉਂਦੇ ਨੇ ਮੰਤਰੀ ਮੰਡਲ 'ਚ ਤਾਂ ਹੁਣ ਸੁਖਪਾਲ ਖਹਿਰਾ ਕੀ ਕਰੂ ਕਿਉਂਕਿ ਸੁਖਪਾਲ ਖਹਿਰਾ ਤੇ ਰਾਣਾ ਗੁਰਜੀਤ ਦੇ ਵਿੱਚ ਪੁਰਾਣਾ ਇਟ ਖੜਿੱਕਾ ਚੱਲਦਾ ਆਉਂਦਾ ਹੈ 36 ਦਾ ਅੰਕੜਾ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਹੁਣ ਜੇ ਰਾਣਾ ਗੁਰਜੀਤ ਨੂੰ ਮੰਤਰੀ ਬਣਾ ਦਿੰਦੇ ਨੇ ਕੈਪਟਨ ਅਮਰਿੰਦਰ ਤਾਂ ਸੁਖਪਾਲ ਖਹਿਰਾ ਦਾ ਸਟੈਂਡ ਕੀ ਹੋਊਗਾ ਇਹ ਸਵਾਲ ਬਹੁਤ ਵੱਡਾ ਦੇਖੋ ਜੇ ਤਾਂ ਸੁਖਪਾਲ ਖਹਿਰਾ ਨੇ ਫਿਰ ਪੂਰਾ ਰੌਲਾ ਪਾਇਆ ਜੀ ਜੇ ਤਾਂ ਸੁਖਪਾਲ ਖਹਿਰਾ ਨੇ ਫਿਰ ਰਾਣਾ ਗੁਰਜੀਤ ਦੇ ਖਿਲਾਫ ਅੰਦੋਲਨ ਛੇੜਿਆ ਪੂਰਾ ਰੌਲਾ ਪਾਇਆ ਪੀਡੀਪ ਵੱਲੋਂ ਫਿਰ ਤਾਂ ਗੱਲ ਵੱਖਰੀ ਐ ਜੇ ਸੁਖਪਾਲ ਖੈਰਾ ਸ਼ਾਂਤ ਰਹੀਂ ਜਿਆਦਾ ਰੌਲਾ ਰੱਪਾ ਸੁਖਪਾਲ ਖੈਰਾ ਨੇ ਨਾ ਪਾਇਆ ਪੀਡੀਏ ਦੇ ਲੀਡਰ ਵੀ ਉਹਨਾਂ ਦੇ ਨਾਲ ਨਾ ਚੱਲੇ ਤਾਂ ਫਿਰ ਸੁਖਪਾਲ ਖੈਰਾ ਬਾਰੇ ਇਹ ਮੰਨਿਆ ਜਾਊਗਾ ਕਿ ਹੁਣ ਸੁਖਪਾਲ ਖੈਰਾ ਚੋਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿਤੇ ਨਾ ਕਿਤੇ ਇਹ ਇਲਜ਼ਾਮ ਵੀ ਲੱਗਣਗੇ ਕਿ ਹੋ ਸਕਦਾ ਸੁਖਪਾਲ ਖੈਰਾ ਨੇ ਕੋਈ ਅਜਿਹੀ ਆਪਸ ਵਿੱਚ ਕੋਈ ਰਜ਼ਾਮੰਦੀ ਨਾ ਦੇ ਦਿੱਤੀ ਹੋਵੇ ਵੀ ਮੈਂ ਆਪਣਾ ਅਸਤੀਫਾ ਵਾਪਸ ਲੈ ਲੈਣਾ ਜੀ ਤੇ ਜੇ ਰਾਣਾ ਗੁਰਜੀਤ ਮੰਤਰੀ ਬਣਦਾ ਹੈ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਇਹ ਸਿਆਸਤ ਹੈ ਜੀ ਇਹ ਸਿਆਸਤ ਹੈ ਜੇ ਸੁਖਪਾਲ ਖਹਿਰਾ ਪਹਿਲਾਂ ਅਸਤੀਫਾ ਦੇ ਸਕਦੇ ਨੇ ਤੇ ਅਸਤੀਫਾ ਇਹ ਕਹਿ ਕੇ ਵਾਪਸ ਲੈ ਸਕਦੇ ਨੇ ਕਿ ਮੇਰੇ ਹਲਕੇ ਦੇ ਲੋਕ ਕਹਿੰਦੇ ਅਸਤੀਫਾ ਦੇਣਾ ਠੀਕ ਨਹੀਂ ਹਲਕੇ ਦੇ ਲੋਕਾਂ ਤੇ ਖਰਚਾ ਪਊਗਾ ਤਾਂ ਫਿਰ ਪੋਲੀਟੀਕਲ ਲੀਡਰ ਕੋਈ ਵੀ ਸਟੈਂਡ ਵਾਪਸ ਲੈ ਸਕਦੇ ਨੇ ਸੋ ਹੁਣ ਜੇ ਰਾਣਾ ਗੁਰਜੀਤ ਨੂੰ ਕੈਪਟਨ ਅਮਰਿੰਦਰ ਮੰਤਰੀ ਬਣਾਉਂਦੇ ਨੇ ਤਾਂ ਸੁਖਪਾਲ ਖਹਿਰਾ ਦਾ ਜਿਹੜਾ ਸਟੈਂਡ ਹੈ ਇਹ ਸੁਖਪਾਲ ਖਹਿਰਾ ਦੀ ਸਿਆਸਤ ਹੈ ਭਵਿੱਖ ਤੈ ਕਰੇਗਾ ਜੇ ਤਾਂ ਸੁਖਪਾਲ ਖੈਰਾ ਨੇ ਉਸੇ ਤਰੀਕੇ ਨਾਲ ਰੋਲਰ ਰੱਪਾ ਪਾਇਆ ਵਿਰੋਧ ਕੀਤਾ ਜੀ ਫਿਰ ਗੱਲ ਵੱਖਰੀ ਹੋਊਗੀ ਜੇ ਸੁਖਪਾਲ ਖੈਰਾ ਢੈਲਾ ਪੈ ਗਿਆ ਵੀ ਮੈਂ ਤਾਂ ਹੁਣੇ-ਹੁਣੇ ਆਪਣਾ ਅਸਤੀਫਾ ਵਾਪਸ ਲਿਆ ਹੈ ਹੁਣ ਮੈਂ ਲੀਡਰ ਆਫ ਓਪੋਜੀਸ਼ਨ ਵੀ ਹੈ ਨਹੀਂ ਤੇ ਹੁਣ ਮੈਂ ਨਹੀਂ ਵਿਰੋਧ ਕਰਨਾ ਜੇ ਸੁਖਪਾਲ ਖੈਰਾ ਨੇ ਨਾ ਵਿਰੋਧ ਕੀਤਾ ਉਸ ਸਥਿਤੀ 'ਚ ਜੀ ਫਿਰ ਸਥਿਤੀਆਂ ਵੱਖਰੀਆਂ ਹੋਣਗੀਆਂ ਫਿਰ ਸਵਾਲ ਖੈਰਾ ਤੇ ਵੱਖਰੀ ਤਰ੍ਹਾਂ ਦੇ ਹੋਣਗੇ ਸੋ ਇਹ ਸਾਰੀਆਂ ਸਥਿਤੀਆਂ ਬਣਨਗੀਆਂ ਪਰ ਮੈਨੂੰ ਇਹ ਲੱਗਦਾ ਹੈ ਕੀ ਹਰਪਾਲ ਚੀਮਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਨੇ ਅਗਰ ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਚ ਕੈਪਟਨ ਅਮਰਿੰਦਰ ਲਿਆਉਂਦੇ ਨੇ ਤਾਂ ਹਰਪਾਲ ਚੀਮਾ ਇਸ ਵਾਰ ਅੰਦੋਲਨ ਛੇੜਨਗੇ ਜਿਵੇਂ ਸੁਖਪਾਲ ਖੈਰਾ ਨੇ ਪਹਿਲਾਂ ਛੇੜਿਆ ਸੀ ਜੀ ਜਾਂ ਪਹਿਲਾਂ ਸਿਮਰਜੀਤ ਬੈਂਸ ਨੇ ਛੇੜਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਖਿੰਡ ਰਹੀ ਹੈ ਸੋ ਇੱਕ ਗਾਣਾ ਵੀ ਬਹੁਤ ਕੋਸ਼ਿਸ਼ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਇਕੱਠੇ ਹੋ ਜਾਈਏ ਪਰ ਉਹ ਟੀਲਾ ਇਕੱਠਾ ਹੋ ਨਹੀਂ ਰਿਹਾ ਪੰਜਾਬ ਦੇ ਵਿੱਚ ਬਹੁਤ ਕੋਸ਼ਿਸ਼ਾਂ ਇਹਨਾਂ ਨੇ ਕੀਤੀਆਂ ਸੋ ਹੁਣ ਇਹ ਗੱਲ ਵੇਖਣ ਵਾਲੀ ਰਹੂਗੀ ਕਿ ਹਰਪਾਲ ਚੀਮਾ ਅਗਰ ਰਾਣਾ ਗੁਰਜੀਤ ਮੰਤਰੀ ਬਣਦੇ ਨੇ ਤੇ ਆਮ ਆਦਮੀ ਪਾਰਟੀ ਦਾ ਅੰਦੋਲਨ ਕਿਸ ਰੂਪ ਦੇ ਵਿੱਚ ਅੱਗੇ ਵਧਾਉਂਦੇ ਨੇ ਪਰ ਇਹ ਸਥਿਤੀਆਂ ਜੀ ਸੁਨੀਲ ਜੀ ਬੜੀਆਂ ਦਿਲਚਸਪ ਬਣਨਗੀਆਂ ਪੰਜਾਬ ਦੀ ਸਿਆਸਤ 'ਚ ਆਉਣ ਵਾਲੇ ਸਮੇਂ 'ਚ ਸੁਖਪਾਲ ਖੈਰਾ ਨੇ ਤਾਜ਼ਾ-ਤਾਜ਼ਾ ਅਸਤੀਫਾ ਵਾਪਸ ਲਿਆ ਜਿਮਨੀ ਚੋਣਾਂ ਦਾ ਤਾਜ਼ਾ-ਤਾਜ਼ਾ ਨਤੀਜਾ ਆਇਆ ਹੈ ਆਮ ਆਦਮੀ ਪਾਰਟੀ ਨੇ ਸੁਖਪਾਲ ਖੈਰਾ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ ਹਰਪਾਲ ਚੀਮਾ ਕਹਿੰਦੇ ਅਸੀਂ ਤਾਂ ਸਪੀਕਰ ਨੂੰ ਵੀ ਮੈਮੋਰੰਡਮ ਦੇ ਕੇ ਆਵਾਂਗੇ ਕਿ ਸੁਪਾਲ ਖਹਿਰਾ ਦਾ ਤੁਸੀਂ ਅਸਤੀਫਾ ਵਾਪਸ ਦੇਤਾ ਜਦਕਿ ਉਹਨੂੰ ਤਾਂ ਨਾ ਕੇਵਲ ਉਹਦੀ ਮੈਂਬਰੀ ਖਾਰਜ ਕੀਤੀ ਜਾਣੀ ਚਾਹੀਦੀ ਸੀ ਬਲਕਿ ਉਹਨੂੰ ਮੈਂਬਰੀ ਤੋਂ ਯੋਗ ਠਹਿਰਾਆ ਜਾਣਾ ਚਾਹੀਦਾ ਸੀ ਆਵਾਜ਼ ਵੀ ਪਾਰਟੀ ਦੇ ਲੀਡਰੇ ਕਹਿੰਦੇ ਨੇ ਹਰਪਾਲ ਚੀਮਾ ਕਹਿੰਦੇ ਅਸੀਂ ਸਪੀਕਰ ਨੂੰ ਪਹਿਲਾਂ ਮੰਗ ਪੱਤਰ ਦਵਾਂਗੇ ਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਾਡੀ ਗੱਲ ਨਾ ਸੁਣੀ ਤਾਂ ਹਰਪਾਲ ਚੀਮਾ ਕਹਿੰਦੇ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਪੀਕਰ ਦੇ ਫੈਸਲੇ ਨੂੰ ਵੀ ਚੈਲੰਜ ਕਰਾਂਗੇ ਔਰ ਪੰਜਾਬ ਦੇ ਵਿਧਾਨ ਸਭਾ ਸਪੀਕਰ ਦੀ ਸੋਚ ਨੂੰ ਵੀ ਅਸੀਂ ਚੈਲੰਜ ਕਰਾਂਗੇ ਸੋ ਹੁਣ ਮੈਨੂੰ ਏ ਭਾਵੇਂ ਸੁਖਪਾਲ ਖੈਰਾ ਦਾ ਰੁਖ ਕੋਈ ਵੀ ਹੋ ਸਕਦਾ ਹੈ ਵਿਰੋਧ ਵੀ ਕਰ ਸਕਦਾ ਸੁਖਪਾਲ ਖੈਰਾ ਸੁਖਪਾਲ ਖੈਰਾ ਬੜਾ ਨਿਰਪੱਖ ਲੀਡਰ ਰਿਹਾ ਪੰਜਾਬ ਦੇ ਮਸਲਿਆਂ ਦਾ ਜੇ ਸੁਖਪਾਲ ਖੈਰਾ ਮੰਨ ਲਓ ਵਿਰੋਧ ਨਹੀਂ ਵੀ ਕਰਦੇ ਜੇ ਕੈਪਟਨ ਰਾਣਾ ਗੁਰਜੀਤ ਨੂੰ ਅੱਗੇ ਲੈ ਕੇ ਆਉਂਦੇ ਨੇ ਤਾਂ ਫਿਰ ਹਰਪਾਲ ਚੀਮਾ ਦਾ ਵਿਰੋਧ ਕਿਸ ਰੂਪ ਚ ਹੋਏਗਾ ਕਿਸ ਦਿਸ਼ਾ ਚ ਅੱਗੇ ਵਧੇਗਾ ਕਿ ਜਿਵੇਂ ਸੁਖਪਾਲ ਖੈਰਾ ਨੇ ਪੂਰੇ ਪੰਜਾਬ ਚ ਇੱਕ ਲਹਿਰ ਬਣਾਤੀ ਸੀ ਰਾਣਾ ਗੁਰਜੀਤ ਦੇ ਵਿਰੋਧ ਚ ਔਰ ਪੰਜਾਬ ਦੀ ਸਰਕਾਰ ਤੇ ਕਾਫੀ ਵੱਡਾ ਦਬਾਅ ਖੜਾ ਕਰਤਾ ਸੀ ਕਿ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਔਰ ਦੂਸਰੇ ਲੀਡਰ ਜੀ ਆ ਭਗਵੰਤ ਮਾਨ ਉਹਨਾਂ ਸਥਿਤੀਆਂ ਦੇ ਵਿੱਚ ਹੈਗੇ ਨੇ ਕਿ ਰਾਣਾ ਗੁਰਜੀਤ ਦਾ ਐਡਾ ਵੱਡਾ ਵਿਰੋਧ ਕਰਨ ਕਿ ਦੁਬਾਰਾ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਜੇ ਰਾਣਾ ਗੁਰਜੀਤ ਨੂੰ ਲੈਣ ਦੀ ਵਾਰੀ ਆਉਂਦੀ ਹੈ ਤਾਂ ਉਹਦੇ ਤੇ ਰਾਲਾ ਪੈ ਸਕੇ ਇਹ ਮੈਨੂੰ ਔਖਾ ਲੱਗਦਾ ਕਿਉਂਕਿ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਅੱਡੀ ਜ਼ਿਆਦਾ ਸੰਗਠਿਤ ਨਹੀਂ ਹੈ ਦੂਸਰਾ ਆਮ ਆਦਮੀ ਪਾਰਟੀ ਹੁਣੇ-ਹੁਣੇ ਪੰਜਾਬ ਦੇ ਵਿੱਚ ਤਾਜ਼ੀਆਂ-ਤਾਜ਼ੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਹਟੀ ਹੈ 2017 'ਚ ਬੜਾ ਚੰਗਾ ਨਤੀਜਾ ਆਮ ਆਦਮੀ ਪਾਰਟੀ ਨੇ ਦਿੱਤਾ 20 ਵਿਕ ਵਿਧਾਇਕ ਦਿੱਤੇ ਲੇਕਿਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਤਾ ਨਹੀਂ ਕੀ ਆਦਤ ਪੈ ਗਈ ਕਿ ਉਹ ਲਗਾਤਾਰ ਜ਼ਮਾਨਤਾਂ ਤੇ ਜ਼ਮਾਨਤਾਂ ਜ਼ਬਤ ਕਰਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਜ਼ਮਾਨਤ ਇੰਨੀ ਜ਼ਿਆਦਾ ਜ਼ਬਤ ਕਿਉਂ ਹੁੰਦੀ ਹੈ ਕਈ ਪੋਲੀਟਿਕਲ ਪਾਰਟੀਆਂ ਤਾਂ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀਆਂ ਵੀ ਕਹਿੰਦੀਆਂ ਨੇ ਪਿਛਲੇ ਦਿਨਾਂ ਚ ਆਪਾਂ ਉਹ ਬਿਆਨ ਸੁਣੇ ਨੇ ਦੇਖੋ ਲੋਕ ਸਭਾ ਚ ਕਈ ਥਾਈਂ ਜ਼ਮਾਨਤ ਜ਼ਬਤ ਹੋਈ ਆ ਜਿਹੜੀਆਂ ਹੁਣ ਜਿਮਨੀ ਚੋਣਾਂ ਹੋਈਆਂ ਇਹਦੇ ਚ 3 28 ਤਾਂ ਸਿੱਧੀ ਜ਼ਮਾਨਤ ਜ਼ਬਤ ਹੋ ਗਈ ਮਹਾਰਾਜ ਸਾਹਿਬ ਸੋ ਸਿਰਫ ਜਲਾਲਾਬਾਦ ਦੇ ਵਿੱਚ ਕਹਿੰਦੇ ਇਹਨਾਂ ਦੀ ਜ਼ਮਾਨਤ ਬਚੀ ਹੈ ਉੱਥੇ ਇਹਨਾਂ ਦਾ ਆਗੂ ਚੰਗੀਆਂ ਵੋਟਾਂ ਲੈ ਗਿਆ ਜਿਸ ਤਰੀਕੇ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਖਰ ਜ਼ਮਾਨਾ ਆਮ ਆਦਮੀ ਪਾਰਟੀ ਦੀ ਕਿਉਂ ਜ਼ਫਤ ਹੁੰਦੀ ਹੈ ਜ਼ਰੂਰ ਆਮ ਆਦਮੀ ਪਾਰਟੀ ਨੂੰ ਇਸ ਇਛਾ ਦੇ ਵਿੱਚ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਚਲੋ ਡੱਲਾ ਜੀ ਹੁਣ ਤੱਕ ਦੀਆਂ ਜੋ ਕੁਝ ਅਹਿਮ ਸਿਆਸੀ ਖਬਰਾਂ ਉੱਠ ਰਹੀਆਂ ਨੇ ਉਹਨਾਂ ਦੀ ਗਹਿੰਤਾ ਨਾਲ ਪੜਤਾਲ ਕਰਨ ਲਈ ਬਹੁਤ ਬਹੁਤ ਤਨਵਾਜਿ ਬਹੁਤ ਤਨਵਾਜਿ